थार की बाबा नन नन नड़नवे सौ होन चेक रह गया वे होन की करांगे। अरे वीरन हाथ जोड़ के बेनती है, कृपा करके समाज सेवक सभ्याचारक धार्मिक बिरती वाले लोग अते फेसबुक के बड़े विद्वान अते बीबिया साड़ी वीडियो ना देखन, क्योंकि साड़ी वीडियो दे विच गाला निकल जांदे ने। असीं पूरी कोशिश करदे आं वी गाला ना कढ़ीए, साडे वीर फिर भी आपदे जज्बातों नूं काबू नहीं कर सकदे, गाल निकल जांदी है। ये वीडियो साडी लुच्चे लंडे ते काले तेल वाले वीरां वास्ते है। ना ही साडा चैनल सबसक्राइब करो, ना ही वो घंटी दबाओ, क्योंकि यूट्यूब फेसबुक ते बहुत वधिया वधिया चीज़ां पईआं, तुसीं ओह जाके देखो, साडा गंद ना देखो। धन्नवाद। ਮੁਨਸ਼ੀ ਜੀ, ਹਾਂਜੀ, ਇੱਕ ਤਾਂ ਡੇਲੀ ਤਿਲਕਣਪੁਰਾ ਤੇ ਕੋਟਦੋਨੇ ਦੇ ਵਿਚਾਲੇ ਜਿਹੜੀ ਨਹਿਰ ਪੈਂਦੀ ਆ, ਹਾਂਜੀ ਹਾਂਜੀ, ਉੱਥੇ ਨਾਕਾ ਲਾਉਣਾ ਸ਼ਾਮ ਨੂੰ 6 ਵਜੇ ਤੋਂ ਲੈ ਕੇ ਆਪਾਂ 12 ਵਜੇ ਤੱਕ। ਠੀਕ ਹੈ ਜੀ। ਠੀਕ ਹੈ ਠੀਕ ਹੈ ਜੀ। ਉੱਥੇ ਬਹੁਤ ਨਸ਼ਾ ਤਸਕਰ ਲੰਘਦੇ ਨੇ ਉੱਥੋਂ ਦੀ, ਹਰਿਆਣਾ ਪੰਜਾਬ ਦੇ ਜਿਹੜੇ ਬਾਰਡਰ ਨੇ ਕ੍ਰੋਸ ਕਰਦੇ ਨੇ ਉੱਥੋਂ ਨਸ਼ਾ ਹੁੰਦਾ। ਠੀਕ ਹੈ ਜੀ। ਮੇਰੇ ਕੋਲੇ ਪਹਿਲਾਂ ਵੀ ਬਹੁਤ ਰਿਪੋਰਟਾਂ ਆਈਆਂ ਨੇ ਤੇ SSP ਸਾਹਿਬ ਨੇ ਵੀ ਸਪੈਸ਼ਲ ਕਿਹਾ ਮੈਨੂੰ। ਠੀਕ ਹੈ ਜੀ। ਵੀ ਤੁਹਾਡੇ ਏਰੀਆ ਦੇ ਵਿੱਚ ਬਹੁਤ ਵਾਰਦਾਤਾਂ ਵਧੀਆਂ ਹੋਈਆਂ ਨੇ। ਠੀਕ ਹੈ। ਠੀਕ ਹੈ ਨਾ। ਉਹ ਤੇ ਆਪਾਂ ਪੂਰਾ ਕੰਟਰੋਲ ਕਰਨਾ, ਜਿਹੜੇ ਗੈਰ ਹਾਜ਼ਰ ਨੇ ਉਹਨਾਂ ਨੂੰ ਬੁਲਾਓ। नहीं मेरे को पेश करो, उन्हें रिपोर्ट बना के सस्पेंड करिए उन्होंने। आप बाकी होर कि पिंड लगते ने अपन? एक तिलकणपुरा लगता जी, चिकड़पुरा, घरूटा वाली, चुंगापुरा, सबलपुर जी, कोटदोना जी। ਕੋਟਦੋਨੇ ਤੋਂ ਯਾਦ ਆ ਗਿਆ ਉਹ ਛੋਟਾ ਬੜਾ ਜਿਹਾ ਦੀ ਕੋਟਦੋਨੇ ਬੱਖੀਪਾੜ, ਮੱਗਾ ਬੱਖੀਪਾੜ ਜੀ, ਹਾਂਜੀ। ਉਹਨਾਂ ਦਾ ਘਰ ਕਿੱਥੇ ਜੀ ਪੈ ਜਾਂਦਾ? ਬਸ ਉਹਦਾ ਭਾਈ ਗਰੋੜ ਕੋਲ ਹੀ ਆ ਜੀ। ਉੱਥੇ ਚੱਲੋ ਫਿਰ, ਅੱਜ ਦੇਖਦੇ ਆ ਆਪਾਂ। ਬੱਗਣ ਸਿੰਘ ਮੱਗਰ ਤੇ ਲੈ ਕੇ ਚੱਲੋ। ਠੀਕ ਹੈ ਜੀ। आ जा काटू, ला पुत कुंडा। फुफड़ा आप कितने जाने हो? मड़ा स्नेहा ला के ने पुत अमलिए कोले। हां बस अब ब्याह खतरे। अच्छा। अपन नु कहाई है ते फुफड़ा फिर मम्मी डैडी नु भी फोन कर दन्ने। ओ नहीं पुत, उन्होंने नहीं कहना है गया, ऐ में बादू कलेस पाणगे। आप केड़ा इकट्ठ करनेगा, चुनु जेड़ा पता कर रहे हैं, सारे दस के बंदे होणगे ते बाकी कोट दन वाले अपने रिश्तेदार ते बाकी अमली। चल फिर मैं तो नचूंगी। तू नच टप ले जिन्ना मर्जी नच टप ली पुत, कोई चक्कर नहीं। ठीक है, ये आप इकट्ठ कर ले, कोई चक्कर नहीं, पर चुनी जड़ा वा करना है। चंगा फुफड़ा, छेती चल। आ जा आ जा मरा शेर। अला कुंडा कुंडा ला शेर, ला दे ला दे ला दे ला दे। चल बस 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 बस, कोई नहीं छेड़दा। चलो चलो। ਫੁੱਫੜਾ ਆਪਾਂ ਕਿੱਧਰ ਜਾਈ ਜਾਂਦੇ ਹਾਂਗੇ? ਆਪਾਂ ਜਾਂਦੇ ਆ ਪੁੱਤ ਹੀਰੇ ਅਮਲ ਦੇ ਘਰੇ। ਫਿਰ ਇਹ ਕਿੱਧਰ ਦੇ ਰਾਹ, ਕਿਹੜਾ ਰਸਤਾ ਹੈ? ਇਹ ਸ਼ਾਰਟਕਟ ਰਸਤਾ ਹੈ ਪੁੱਤ, ਹੁਣ ਜਾ ਪਹੁੰਚਾਂਗੇ ਆਪਾਂ। ਭੂਆ ਤਾਂ ਮੈਨੂੰ ਕਿਹੜੇ ਹੋਰ ਰਸਤੇ ਲੈ ਕੇ ਜਾਂਦੀ ਸੀ? ਓਏ ਉਹ ਭਾਈ ਰਸਤਾ ਨੇ ਪੱਤੀ ਹੈ, ਮੈਂ ਤੂੰ ਧੀਮੀ। ਹੁਣ ਕਿੱਧਰ ਜਾਣਾ? ਆ ਜਾ ਜਾ ਇੱਧਰ ਆ ਜਾ। ਅੱਛਾ ਆ ਜਾ। ਓਏ ਚੱਲ ਛੇਰਾ ਚੱਲ ਚੱਲ ਚੱਲ। ਭਾਬੀ ਓਏ ਭਾਬੀ ਆ ਚਾ ਓਏ ਅੰਦਰੇ ਬੜਿਆ ਬੈਠੇ ਬਾਹਰ ਨੂੰ ਆ ਭਾਈ ਆ ਗਿਆ ਆ ਗਿਆ ਕੁਝ ਜਾਂਦੇ ਰੋ ਭਾਈ ਜਾਂਦੇ ਰੋ ਜਾਂ ਕਿਵੇਂ ਭਾਬੀ ਸਤਿ ਸ੍ਰੀ ਅਕਾਲ ਚ ਓਏ ਸਤਿ ਸ੍ਰੀ ਅਕਾਲ ਹੀਰਾ ਸਤਿ ਸ੍ਰੀ ਅਕਾਲ ਠੀਕ ਐ ਮੈਂ ਜਮਾ ਠੀਕ ਐ ਚੱਲ ਭਾਈ ਮੈਂ ਤਾਂ ਸੁਨੇਹਾ ਲੈ ਕੇ ਆਈ ਤੀ ਕਾਹਦਾ ਸੁਨੇਹਾ ਵਿਆਹ ਦਾ ਕਿਹਦਾ ਵਿਆਹ ਮੇਰਾ ਵਿਆਹ ਅੱਛਾ ਹੋਰ ਕਿਹਦਾ ਕਦੋਂ ਦਾ ਰੱਖਤਾ ਵਾ 3 ਤਰੀਕ ਦਾ ਐਸੇ 3 ਦਾ ਆ ਦਿਨ ਤਾਂ ਦੂਰ ਹੈਗੇ ਵਿੱਚ ਫਿਰ ਚਾੜੀਏ ਕੜਾਹੀ ਲੈ ਕੜਾਹੀ ਚਾੜ ਕੇ ਆਪਾਂ ਨੇ ਕੀ ਕਰਨਾ ਪਤਿੰਦਰ ਦਸ ਤਾਂ ਬੰਦੇ ਹੋਵਾਂਗੇ ਆਪਾਂ ਬਸ 2-4 ਕੋੜ ਦੋ ਨਾਲੇ ਤੇ 2-4 ਤੁਸੀਂ ਬਸ 1-2 ਅਸੀਂ ਜਿਹੜੇ ਹੈਗੇ ਹੋਰ ਆਪਾਂ ਸਾਰਾ ਪਿੰਡ ਇਕੱਠਾ ਕਰਨਾ ਦੱਸ ਮੈਂ ਚਾੜਦੇ ਨਹੀਂ ਕੜਾਹੀ ਨਾ ਕੜਾਹੀ ਕੜੂਹੀ ਕੁਛ ਨਹੀਂ ਚਾੜਦੇ ਜਿਹੜਾ ਤੁਹਾਡਾ ਖਾਣ ਪੀਣਾ ਉਹ ਤੁਹਾਡਾ ਮੈਂ ਕਰ ਦੂੰਗਾ ਆ ਫਿਰ ਉਹੀ ਕੜਾਹੀ ਦੀ ਗੱਲ ਕਰਦਾ ਤੈਨੂੰ ਤਾਂ ਇੱਕ ਬੋਤਲ ਤੇ ਮੁਰਗਾ ਚਾਹੀਦਾ ਉਹ ਮੈਂ ਆਪੇ ਹੀ ਲਾ ਕਰ ਦੂੰਗਾ ਬਸ ਠੀਕ ਹੈ ਤੁਹਾਨੂੰ ਭਾਈ ਮਠਾਈ ਇੱਕ ਡੱਬਾ ਲੈ ਜਾਾਂਗੇ ਬਸ ਉਹ ਖਾ ਕੇ ਮੁੜੇ ਆਵਾਂਗੇ ਨਾ ਚਾਚੀ ਉਹੀ ਹੈ ਚਿੱਟੀ ਜੀ ਓਏ ਉਹੀ ਆ ਕਪਾਹ ਦੀ ਫੁੱਟ ਬਸ ਠੀਕ ਹੈ ਠੀਕ ਹੈ ਆਇਓ ਭਾਈ ਤਿਆਰ ਰਹੀਓ ਆਉਂਗੀ ਚਾਚਾ ਬੋਰਡ ਨੂੰ ਵੀ ਭਾਗ ਲੱਗ ਗਿਆ ਹੁਣ ਤਾਂ ਲੈ ਹਲੇ ਕਿ ਦੱਸ ਕੀ ਹੋ ਗਿਆ ਲੱਗਣੀ ਆ ਬਥੇਰਾ ਟਾਈਮ ਪਿਆ ਤੇ ਨਾਲੇ ਮੈਂ ਹਾਏ ਕਹਿਣਾ ਹੈ ਉਹ ਕਿੱਥੇ ਨੇ ਆਪਣੇ ਦੂਜੇ ਭੂਪੇ ਵਰਗੇ ਉਹ ਇੱਥੇ ਮੇਰੇ ਸਾਲੇ ਕਿਤੇ ਰੂੜੀਆਂ ਤੇ ਡਿੱਗੇ ਪਏ ਹੋਣਗੇ ਉਹਨਾਂ ਨੇ ਕਿੱਥੇ ਜਾਣਾ ਹੈ ਚਲ ਮੈਂ ਘਰ ਕਣੀ ਜਾ ਕੇ ਨਾ ਜੇ ਮਿਲ ਗਏ ਠੀਕ ਆ ਭਾਈ ਨਹੀਂ ਫਿਰ ਜੇ ਤੈਨੂੰ ਮਿਲੇ ਤੂੰ ਸੁਨੇਹਾ ਲਾ ਦੀ ਇੱਥੇ ਹੁਣ ਟੱਕਰ ਜਾਣਗੇ ਕੋਈ ਨਾ ਮੈਂ ਲਾ ਦੂੰ ਸੁਨੇਹਾ ਹਾਂ ਤੇ ਬਾਕੀ ਆਏ ਕਰੀ ਹਾਂ
ਇੱਕ ਸਾਧਨ ਤਾਂ ਮੈਂ ਕੋਟ ਦਿਨਾਂ ਨੂੰ ਕਹਿ ਦੂੰਗਾ ਹਾਂ ਉਹ ਆਪਦਾ ਸਾਧਨ ਕਰ ਲੈਣਗੇ ਠੀਕ ਹੈ ਤੇ ਇੱਕ ਆਪਣਾ ਪੁੱਛ ਲਈ ਤੁਸੀਂ ਉਹ ਆਪਣੀ ਜੀਪ ਹਾਂ ਹਾਂ ਖੜੀ ਆ ਜੀਪ ਕਰ ਲਿਓ ਹੀਲਾ ਜੋ ਮਿਲ ਗਈ ਠੀਕ ਆ ਨਾ ਹੋਰ ਸਾਧਨ ਕਰ ਲਿਓ ਨਾ ਨਾ ਹੀਲਾ ਤੈਨੂੰ ਪਤਾ ਤਾਂ ਹੈਗਾ ਚਾਚਾ ਆਪਾਂ ਸਾਧਨ ਦਾ ਹੀਲਾ ਤਾਂ ਮਿੰਟ ਚ ਕਰ ਲੈਂਦੇ ਹੁੰਦੇ ਆ ਚਾਚੀ ਮੈਨੀ ਵੀ ਰੱਖ ਲਾਂਗੇ ਕੋਈ ਚੱਕਰ ਨੀ ਦੱਸ ਕਹੀ ਜਾ ਗੱਲਾਂ ਕਰਦੀ ਆ ਚੱਲ ਚੰਗਾ ਮੈਂ ਤਾਂ ਹੀ ਸੁਨੇਹਾ ਲਾਉਣ ਆਇਆ ਜੇ ਅਮਲੀ ਮਿਲ ਕੇ ਉਹਨੂੰ ਕਹਿ ਦਿਓ ਨੀ ਮੈਂ ਕਹਿ ਦੂੰਗਾ ਘਰੇ ਜਾ ਕੇ ਮੈਂ ਕਹਿ ਦੂੰ ਚਾਚਾ ਕੋਈ ਨਾ ਲਾ ਦੂਸ ਨੇ ਗੱਡੀ ਦੇ ਘਰੋਂ ਜ਼ਰੂਰ ਕਰ ਲਈ ਉਹ ਕਰਤਾ ਸਾਧਨ ਦਾ ਹੀਲਾ ਬਸ ਠੀਕ ਹੈ ਠੀਕ ਹੈ ਠੀਕ ਹੈ ਚੱਲ ਪੁੱਤ ਕਾਟੂ ਚੱਲੀਏ ਚਾਚਾ ਚਾਹ ਬਣਾਉਣੀ ਹੈ ਨਾ ਨਾ ਚਾਹ ਨਹੀਂ ਭਾਈ ਬਹੁਤ ਕੰਮ ਕਰਨਾ ਮੇਰੀ ਗੱਲ ਸੁਣ ਸੂਟ ਕਿਹੜਾ ਲੈ ਕੇ ਜਾਏਂਗੀ ਨੀ ਨਹੀਂ ਕੋਈ ਨਹੀਂ ਸੂਟ ਤਾਂ ਮੈਂ ਲਿਆਉਂਗੀ ਹੋਰ ਉਹ ਦਿਨ ਤਾਂ ਦੋ ਰਹਿ ਗਏ ਭਾਈ ਬੱਚਾ ਚੱਲ ਸ਼ੇਰਾ ਚੰਗਾ ਮੇਰੀ ਗੱਲ ਸੁਣ ਜਾ ਟਿੱਕਾ ਲਾ ਕੇ ਕਿਸ਼ਤੀ ਤੇ ਵੱਡਾ ਉਹ ਲੈ ਕੇ ਆਈ ਚੰਗਾ ਲੈ ਕੇ ਆਉਂਗੀ ਆ ਜਾ ਚੰਗਾ ਹੁਣ ਮੈਂ ਜਾਣੀ ਆਂ ਨਾਲੇ ਪੱਛ ਕੇ ਰਿਹਾ ਕਰ ਠੰਡ ਬਹੁਤ ਐ ਇਹਨੂੰ ਕਹਦੇ ਛਾਲ ਚੂਲ ਲੈ ਲੈ ਕਰ ਨਹੀਂ ਕੋਈ ਨਹੀਂ ਮੈਨੂੰ ਲੱਗਦੀ ਠੰਡ ਤੋਂ ਤੋਂ ਹੀ ਕਰ ਪਾੜ ਪਾਈ ਜੇ ਮਰ ਜਾਂਦੇ ਨੇ ਉਹ ਭਾਵੇਂ ਕੰਬਾ ਚੜ ਜੇ ਚੱਲ ਭਾਈ ਚੱਲ ਗਦੈਲੇ ਵਾਲੀ ਭਈ ਉਹ ਪਕਾਈ ਮਰੀ ਜਾਂਦੀ ਰਹਿਣੀ ਐ ਤੂੰ ਮੈਂ ਨਾ ਵੱਧ ਘਟ ਓ ਚੱਲ ਚੱਲ ਹਾਏ ਹਾਏ ਪਾਲਾ ਚੜੀ ਜਾਂਦਾ ਮੈਂ ਤਾਂ ਮੈਂ ਸਨੀ ਕੀ ਗੱਲ ਕਹਿੰਦੀ ਸੀ ਹਾਂ ਮੈਨੂੰ ਸੂਟ ਦਵਾ ਦੋ ਹੁਣ ਚਾਲੀ ਬਣੀਆਂ ਸੂਟ ਦੀ ਸੂਟ ਕੀ ਕਰਨੇ ਨੇ ਤਾਂ ਚਾਚੇ ਦਾ ਵਿਆਹ ਆ ਗਿਆ ਨਾ ਚਾਚੇ ਦਾ ਵਿਆਹ ਗਿਆ ਮੇਰੇ ਸਾਲ ਦੀ ਬੁੜੇ ਬੰਦੇ ਦਾ ਵਿਆਹ ਗਾ ਲੈ ਹਾਂ ਲੈ ਕੀ ਉਹ ਕਿ ਨੌਜਵਾਨ ਦਾ ਵਿਆਹ ਗਾ ਤਾਂ ਜਿਹੋ ਜਿਹਾ ਭੋਗ ਤੇ ਕੰਮ ਹੁੰਦਾ ਉਹ ਕੰਮ ਹੈ ਚੋਰਾ ਹਾਂ ਐਂ ਨਹੀਂ ਪਤਾ ਇੱਕ ਲੱਡੂ ਮਿਲੂਗਾ ਕਿ ਨਾ ਉਹ ਵੀ ਤੇ ਫਿਰ ਵਿਆਹ ਤਾਂ ਵਿਆਹ ਹੀ ਆਣਾ ਵਿਆਹ ਬੈਂਗਣਾ ਦਾ ਕੀ ਆ ਜਾ ਕੇ ਮੁੜ ਆਵਾਂਗੇ ਲੈ ਕੇ ਚਾਚੀ ਨੂੰ ਚੱਲ ਮੈਂ ਜਿਹੜਾ ਤੀਆਂ ਤੇ ਪਾ ਕੇ ਗਈ ਸੀ ਉਹੀ ਪਾ ਜੀ ਉਹੀ ਪਾ ਲਈ ਪੁਰਾਣੇ ਪਰੂਣੇ ਜੇ ਮੈਂ ਕੋਈ ਨਹੀਂ ਦਬਾਉਂਦਾ ਸੂਟ ਸਾਟ ਤੈਨੂੰ ਹੁਣ ਹਾਂ ਤੇਰੇ ਹੀ ਨਹੀਂ ਖਰਚੇ ਲੋਟ ਆਉਂਦੇ ਕਦੇ ਸੂਟ ਲਿਆ ਦੇ ਕਦੇ ਸੌਦਾ ਲਿਆ ਦੇ ਕਦੇ ਕੁਛ ਲਿਆ ਦੇ ਬਸ ਰਹਿਣ ਦੇ ਫਿਰ ਮੈਂ ਤਾਂ ਕੋਈ ਆਪਦੇ ਕੰਮ ਚਲਾ ਲੂੰਗੀ ਚਲਾਉਣਾ ਕੰਮ ਤਾਂ ਗਾਂ ਦੀ ਵੱਡੀ ਨੇ ਮੈਂ ਤਾਂ ਲੀੜੇ ਸਿਉਣ ਲੱਗ ਜੂ ਹੋਰ ਕੀ ਹੈ ਫਿਰ ਆ ਲੀੜੇ ਆਉਂਦੇ ਨੇ ਸਿਉਣੇ ਤੈਨੂੰ ਲੈ ਮੈਨੂੰ ਸਿਉਣੇ ਆਉਂਦੇ ਆ ਇੱਥੇ ਮਸ਼ੀਨ ਨਹੀਂ ਹੈਗੀ ਹਾਂ ਹੋਰ ਤੈਨੂੰ ਮਸ਼ੀਨ ਲੈ ਕੇ ਦਵਾਂ ਤੇ ਲਿਆ ਦੇ ਆ ਸਲੀ ਬਣੀਆ ਪਰਾਂ ਚੱਲ ਹਾਂ ਇੱਕ ਸੂਟ ਦਾ ਨਾ 250-300 ਰੁਪਈਆ ਹੈਗਾ ਲਾਉਣ ਵਾਲੇ ਦਾ 500 ਰੁਪਈਆ ਹੈਗਾ ਅੱਛਾ ਤੇ ਹੋਰ ਭਾਵੇਂ ਬੜੀ ਨਿਆਰਾ ਲੁੱਟੂੰਗੀ ਮੈਂ ਤਾਂ ਮਸ਼ੀਨ ਕਿੰਨੇ ਕੀ ਦੀ ਆਊਗੀ ਪੁਰਾਣੀ ਲੈ ਲਾਂਗੇ ਕਿੰਨੇ ਦੀ ਪੁਰਾਣੀ ਆ ਜੂਗੀ ਲੱਗਦਾ 2000-2500 ਦੀ ਨਵੀਂ ਤਾਂ 4-5000 ਦੀ ਆ 2000-2500 ਦੀ ਅੰਬਰੇਲਾ ਮਸ਼ੀਨ ਲਿਆਵਾਂਗੇ ਵੱਡੀ ਮੁੜ ਕੇ ਲੋੜ ਹੀ ਨਹੀਂ ਪੈਣੀ ਅੱਛਾ ਹਾਂ ਚਾਹ ਕੋਈ ਨਾ ਦੇਖਦੇ ਆ ਫਿਰ ਲੈ ਆਵਾਂਗੇ ਨਾਲੇ ਮੈਂ ਤੁਹਾਡੇ ਕੋਲ ਤੇ ਵੀ ਐਵੇਂ ਸਿਉਂਦਾ ਕਰੂੰਗੀ ਆਹੋ ਮੈਂ ਕੋਈ ਨਹੀਂ ਵਾਧੂ ਰੁਪਏ ਖਰਾਬ ਕਰਦਾ ਊ ਨਾ ਕਿਤੇ ਆਪਦੇ ਸੂਟ ਹੀ ਸਿਉਂ ਜਾਇਆ ਕਰੀ ਲੈ ਹਾਂ ਗਵਾਂਢ ਦੇ ਆਇਆ ਕਰਨਗੇ ਲੀੜੇ ਕੱਪੜੇ ਉਹ ਸਿਉਂਿਆ ਕਰੂੰਗੀ ਪੈਸੇ ਲੈ ਲਿਆ ਕਰੂੰਗੀ ਨਾਲੇ ਆਪਣਾ ਘਰ ਦਾ ਖਰਚਾ ਚੱਲੀ ਜਾਊ ਘਰ ਦਾ ਖਰਚਾ ਤਾਂ ਹੁਣ ਵੀ ਚੱਲੀ ਜਾਂਦਾ ਹੁਣ ਕੀ ਘਾਟ ਹੈ ਤੈਨੂੰ ਕੋਈ ਫਿਰ ਵਧੀਆ ਆਪਦਾ ਕੁਛ ਲੈ ਕੇ ਤਾਂ ਆਇਆ ਕਰੂੰਗੀ ਹੁਣ ਤੇਰੇ ਕੋਲੇ ਹੱਥ ਅੱਡਣੇ ਪੈਂਦੇ ਆ ਹੱਥ ਅੱਡਣੇ ਪੈਂਦੇ ਆ ਕਿਉਂ ਤੈਨੂੰ ਪੈਸੇ ਦੀ ਲੋੜ ਹੁੰਦੀ ਆ ਪੈਸਾ ਦਿੰਦਾ ਸੌਦੇ ਪੱਤੇ ਦੀ ਲੋੜ ਹੁੰਦੀ ਆ ਸੌਦਾ ਪੱਤਾ ਲਿਆ ਕੇ ਦਿੰਦਾ ਹੋਰ ਕੀ ਬੈਂਗਣ ਭਾਲਦੀਆਂ ਬੋਲਣ ਦੀ ਔਕਲ ਵੀ ਨਹੀਂ ਇੱਕ ਤਾਂ ਬੈਂਗਣ ਚੱਕ ਲੂੰ ਰੇ ਬੈਂਗਣ ਮਾੜੀ ਮੋਟੀ ਆਕਲ ਸਿੱਖ ਲਾ ਫਿਰ ਨਾ ਤਾਂ ਵੱਧਦੀ ਆਕਲ ਗੱਲ ਸੁਣ ਲੋ ਮੇਰੀ ਅੱਜ ਬੁੜਾ ਜਿਹਾ ਭੱਜਣਾ ਨੀ ਚਾਹੀਦਾ ਗੱਟਾ ਕੱਢਦੀ ਮੁਨਸ਼ੀ ਮਾਰ ਕੇ ਠੀਕ ਆ ਜੇ ਬੁੜੀਆਂ ਹੀ ਖੇਖਣ ਕਰਨ ਲੱਗੀਆਂ ਜੂੰਡਿਆਂ ਤੋਂ ਫੜਨੀ ਫੱਗਣ ਸਿੰਘ ਬਾਹਰ ਖੜਕਾਓ ਸਾਹਿਬ ਜੀ ਟੱਪੀਏ ਕੰਧਾਂ ਜੀ ਮਤ ਫੜੋ ਫੜੋ ਇਹਨੂੰ ਭਾਜਾ ਮਗਰ
ਫੜੋ ਫੜੋ गिले गोहे ते पैर नहीं धरदा इहदा काम किथे करदा ओ केड़ा गिला गोहा 2200 वोट आ पिंड दी 3500 दरखास्तां आ गईआं ओहदे खिलाफ लोक माच नहीं शरीफ आ हजे लोक माच दे ओहदी चढ़ाई है बोलदा मैं तू गोली बन गया जी आज थले देख ली बदल पाई मैं थोड़ी बदनामी करा दी महकमे की मकर फरना कोई खाला जी का बाड़ा गा गल सुन ला बुढ़ी एक मेरी जिदे बखी पाड़ मेरे डिके चढ़ के कुका सोडे घरे सुन गिया तेरे वर्गे सिपाही 3500 आके गए इत्थे आदा मुंह संभाल के गल कर मुक्ते दे एसएचओ साहब ने तेनू पता मेरा भाई थाने च किड्डा अफसर आ हौलदार आ हौलदार आ लावे दे नाल कानू पकाई मरी अनपढ़ बुढ़ी नाल जदों इहनू हौलदार ते एसएचओ दा नहीं पता जी बुढ़ी ए खवाली पंजीरी पंजूरी मगर नू चंगा ऐदू मुड़ के साडे घरे बिन दसे बड़ गए ना जे मैं लत्त लत्त धर के भारदा नहीं हुन्नी आ तू देखी कुका सुनदियां ओदियां तगड़ा कर ला ओनू पंजीरी पंजूरी खवा के बथेरा तगड़ा ओ बगजा ना बोल वे चुप ओ हुण किवें करोगे फर्क हल तक करांगे कोई जी फड़ांगे नू किवें फड़ोगे यार तुसीं बड़ा बंदा थोड़े मूर दी भज गया भजदा वाला जी ओ तां 10 कोठे टप गए जी भजन नू ओ भस्मा खांदा की पता ही खांदा होवे कल नू सीआईडी दे बंदे लाओ जे एक लेडीज कांस्टेबल मिल जे ओ वधिया एक सीआईडी वाला इत्थे लाओ भाई के बरोटे कोले अच्छा जी एक उहनां दे गवान च छड़ दो कोई ना ही ला देंगे पूरी गस्त रखो मुंशी जी अपनी बदनामी हुई पई है एसएसपी साहब नू रिपोर्ट देनी है कोई गल नहीं ला देंगे सर चलो तू कराती शरीर भी गर्म करने फिर घरे बजे उरे की करदे हो बुढ़े बंदा बह बने आर्केस्ट्रा दे ठंड च कुंगड़ जाओगे घरे जाके बह जाओ फुफड़ा चली गए तू बोली तू एक अद्धा सिपाही फड़ ला
ਫੜਲਾ ਸਿਪਾਹੀ ਮੈਂ ਇੱਕ ਸਿਪਾਹੀ ਜੀ ਨੂੰ ਮੂਹਰੋਂ ਰੋਈ ਗਈ ਮੈਨੂੰ ਧੱਕਾ ਮਾਰਿਆ ਉਹਨੇ ਓਏ ਬਾਗੀ ਪੁਲਿਸ ਆ ਗਿਆ ਬਾਗੀ ਸ਼ੁਕਰਾ ਸ਼ੁਕਰਾ ਹਾਂ ਹਾਏ ਮੇਰਾ ਤਾਂ ਕਿੱਟਾ ਹੀ ਟੁੱਟ ਜਾਣਾ ਸੀ ਅੱਜ ਆਏ ਬੇ ਮੱਗਰਾ ਭੱਜਦਾ ਬਹੁਤਾ ਤੂੰ ਹੋਰ ਭੱਜਣਾ ਪੈਂਦਾ ਕਿੱਧਰ ਭੱਗ ਗਿਆ ਸੀ ਆ ਦੇ ਮੇਰਾ ਪੂਰੇ ਕਾ ਕੋਠਾ ਟੱਪ ਕੇ ਹਾਂ ਬੰਦ ਤੇ ਕੇ ਕੁੱਪ ਤੇ ਛਾਲ ਮਾਰੀ ਮੈਂ ਤਾਂ ਉਹਦੇ ਖੱਬਲ ਪੈ ਸੀ ਉਹਨੇ ਕੱਖ ਕੁੱਖ ਉੱਤੇ ਜਾ ਡਿੱਗਿਆ ਮੈਨੂੰ ਤਾਂ ਅੱਜ ਐਂ ਹੋ ਗਿਆ ਵੀ ਅੱਜ ਤੈਨੂੰ ਫੜ ਲੈਣਗੇ ਅੱਜ ਸਿਪਾਹੀ ਜੇ ਤੈਨੂੰ ਫੜਨਗੇ ਮੈਂ ਜਵਾਨ ਮੁੰਡੇ ਆ ਉਹ ਤੂੰ ਤਾਂ ਬਾਹਲੀ ਚੰਗੀ ਤੈਨੂੰ ਸੂਟ ਲਿਆ ਕੇ ਦੇ ਹੁਣ ਮੈਂ ਲਿਆ ਦੇਵੇ ਆ 6 ਮਹੀਨੇ ਹੋ ਗਏ ਪਾਈ ਫਿਰਦੀ ਨੂੰ ਮੈਨੂੰ ਵਧੀਆ ਕੀਤਾ ਤਾਂ ਮੈਨੂੰ ਦੱਸਤਾ ਨਹੀਂ ਤਾਂ ਮੈਨੂੰ ਉੱਤੋਂ ਫੜਨਾ ਸੀ ਅੱਜ ਉਹਨਾਂ ਨੇ ਇਹ ਜੀ ਗੱਲ ਕੀ ਹੋਈ ਆਪੋ ਕੱਲ ਮੈਨੂੰ ਤਾਂ ਆਪ ਨਹੀਂ ਪਤਾ ਭੈਣ ਦਾ ਹੋਇਆ ਕੀ ਪਿਆ ਐਂ ਤਾਂ ਮੈਂ ਤੇਰੇ ਘਰ ਵਾਲੀ ਹਾਂ ਐਂ ਨਹੀਂ ਮੈਂ ਤੇਰੇ ਲਵੇ ਕਿਸੇ ਨੂੰ ਆਉਣ ਦਿੰਦੀ ਮੈਂ ਤਾਂ ਹੌਲਦਾਰ ਜਾਂ ਐਂ ਘੇਰ ਲਿਆ ਉਰੋਂ ਅੱਛਾ ਹਾਂ ਇੱਕ ਮੋਟਾ ਜਿਹਾ ਸੀਗਾ ਉਹ ਅਫਸਰ ਨਵਾਂ ਆ ਲੱਗਦਾ ਬੇ ਉਹ ਤਾਂ ਬਾਲਾ ਗੰਦਾ ਬੇ ਮੋਟਾ ਜਿਹਾ ਉਹ ਤਾਂ ਦੰਦੀਆਂ ਖਾਂਦਾ ਦੰਦੀਆਂ ਉਹੀ ਬਾਲਾ ਬੋਲਦਾ ਸੀ ਬਾਪੂ ਮੋਟਾ ਜਿਹਾ ਅੱਛਾ ਜੀ ਹਾਂ ਉਹ ਪਹਿਲਾਂ ਵਾਲਾ ਫਿਰ ਬਦਲ ਗਿਆ ਹਾਂ ਉਹਦਾ ਬਦਲ ਗਿਆ ਮੋਟਾ ਜਿਹਾ ਨਵਾਂ ਆਇਆਗਾ ਬੇ ਮਗਰਾ ਕਿੰਨਾ ਕੁ ਚਿਰ ਭੱਜੇਗਾ ਇੱਕ ਦਿਨ ਤੈਨੂੰ ਇਹ ਫੜ ਲੈਣਗੇ ਕੁੱਟਣਗੇ ਕੋਈ ਬੰਦੋਬਸਤ ਕਰ ਲਾ ਉਹਦਾ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਹੀਲਾ ਕਰ ਲੂੰ ਬਸ ਤੁਸੀਂ ਮੇਰਾ ਸਾਥ ਦੇ ਦਿਆ ਕਰੋ ਐਂ ਜਦੋਂ ਆਵੇ ਮੈਨੂੰ ਦੱਸ ਦਿਆ ਕਰੋ ਮੈਂ ਤਾਂ ਤੇਰਾ ਇੰਨਾ ਸਾਥ ਦਿੰਦੀ ਹਾਂ ਇਹਦੀ ਬਦਲੀ ਬੁਦਲੀ ਕਰਾ ਦੇ ਕਿਤੇ ਲੈ ਜਾਣੀ ਦੀ ਬਦਲੀ ਤੂੰ ਭੈਣ ਦੀ ਗ੍ਰਹਿਵੇਂ ਮੈਂ ਗਾਹਾਂ ਦੀ ਮੋਦੀ ਹੈਗਾ ਮਰੀ ਇੰਨੀ ਪਕਾਈ ਦੇਖ ਲਾ ਐਂ ਬਦਲੀਆਂ ਹੁੰਦੀਆਂ ਹੁੰਦੀਆਂ ਨੇ ਚੰਗਾ ਭੱਜੀ ਫਿਰਦਾ ਰਹੀ ਐਂ ਮੈਨੂੰ ਕਿੱਥੇ ਫੜ ਲੈਣਗੇ ਮਰੀ ਇੰਨੀਆਂ ਗੱਲਾਂ ਐਂ ਨਹੀਂ ਮੱਥ ਆਉਂਦਾ ਇਹਨਾਂ ਦੀ ਚੰਗਾ ਉਹ ਦਿਨ ਦੂਰ ਨੀ ਜਦੋਂ ਤੇਰੇ ਤੇ ਪਟਾ ਚੜਿਆ ਉਹ ਕਹਿ ਕੇ ਗਿਆ ਕਹਿੰਦਾ ਘੜੀਸੂ ਆ ਗੱਡੀ ਮਗਰ ਪਾ ਕੇ ਘੜੀਸੂ ਕਿਧਰੇ ਨੀ ਘੜੀਦਾ ਮੈਂ ਹੀਲਾ ਕਰ ਲੂੰਗਾ ਇੱਕ ਗੁੱਟੀ ਮਾਰੀ ਕੰਮ ਹੋ ਜੂ ਊਂ ਤਾਂ ਕਹਿੰਦਾ ਮੈਂ ਪਿੰਡ ਚ ਪੰਚ ਆ ਮੇਰੀ ਸਰਪੰਚ ਕੋਲੇ ਚੱਲਦੀ ਆ ਤੇ ਹੁਣ ਓਏ ਕੋਈ ਨਾ ਮੈਨੂੰ ਪਤਾ ਨਹੀਂ ਲੱਗਾ ਗੱਲ ਕੀ ਆ ਮਗਰ ਕਿਉਂ ਪਏ ਨੇ ਨਾ ਮੇਰੇ ਤਾਂ ਦੰਦ ਕੱਢ ਦੇਣੇ ਸੀ ਇੱਕ ਨੇ ਹੌਲਦਾਰ ਜੇ ਨੇ ਅੱਛਾ ਹਾਂ ਧੱਕਾ ਮਾਰਿਆ ਮੈਨੂੰ ਬੁੜੀ ਨੂੰ ਉਹ ਤਾਂ ਮੈਂ ਆਖਿਆ ਥੋੜਾ ਕਾਨੂੰਨ ਨਹੀਂ ਹੈਗਾ ਮੇਰੇ ਤੇ ਹੱਥ ਚੱਕਣ ਦਾ ਉਹਦਾ ਕਹਿੰਦੇ ਤੇਰੀਆਂ ਚੀਕਾਂ ਕਢਾਉਣਗੇ ਬਾਪੂ ਓਏ ਚੀਕਾਂ ਕਿਵੇਂ ਕਢਾਉਣਗੇ ਕੰਜਰ ਦੇ ਦੱਸਿਓ ਹੀ ਨਾ ਤੁਸੀਂ ਕੁੰਡਾ ਲਾ ਕੇ ਰੱਖਿਓ ਬੇ ਗੱਲ ਸੁਣ ਹਾਂ ਅੱਧੀ ਰਾਤ ਨੂੰ ਇੱਕ ਦਿਨ ਕੰਧ ਟੱਪੇ ਅੱਜ ਧੱਕੇ ਨਾਲ ਮੈਂ ਬੁੜੀ ਕਿਵੇਂ ਰੋਕ ਲੂੰ ਉਹਨਾਂ ਨੂੰ ਮੈਂ ਇੱਥੋਂ ਨਹੀਂ ਰੁਕਦਾ ਹੁਣ ਉਹ ਓਏ ਚੱਲ ਕੋਈ ਨਾ ਮੈਂ ਕਰਦਾ ਹੀਲਾ ਮੈਂ ਇੱਕ ਦੋ ਬੰਦਿਆਂ ਨਾਲ ਬਹੁਤ ਵਾਰ ਬੰਦਿਆਂ ਨਾਲ ਜਾ ਕੇ ਗੱਲਬਾਤ ਕਰਦਾ ਜਾ ਕਰ ਲਾ ਹਾਂ 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 ਕਰੂੰ ਮੈਂ ਹੀਲਾ ਗੱਲ ਸੁਣ ਬੇ ਮੁੰਡਿਆ ਹਾਂ ਬੇ ਮੈਂ ਮੂਰੇ ਹੋਈ ਗਈ ਆ ਤੇਰੀ ਬਹੂ ਬੋਤੀ ਜੀ ਉੱਠ ਨਹੀਂ ਸਕਦੀ ਸੀ ਉਹਦਾ ਬਿਮਾਰ ਆ ਬੇ ਪਈ ਆ ਉਹਦੇ ਅੰਦਰ ਪਈ ਆ ਤਾਂ ਮੈਂ ਲੜਦੀ ਹੁੰਦੀ ਆ ਉਹਦੇ ਨਾਲ ਜਾ ਕੰਮ ਕਰ ਲਾ ਕੋਈ ਜਾ ਕੇ ਠਾ ਉਹਨੂੰ ਮੈਂ ਵੀ ਰੋਟੀ ਰਾਟੀ ਪਕਾਉਣੀ ਆ ਸਿਰ ਤੇ ਚੜਾ ਲਈ ਸਿਰ ਤੇ ਤੇਰੀ ਮਾਂ ਕਰਕੇ ਕੱਖ ਰਹੀ ਜਾਂਦੇ ਤੁਹਾਡੇ ਜਾ ਕੇ ਬਹਿ ਜਾਂਦੀ ਹੁਣ ਕੁੱਛੜ 'ਚ ਤੂੰ ਵੀ ਨਾ ਬਾਹਰ ਨਿਕਲੀ ਉਹ ਤਾਂ ਨਹੀਂ ਨਿਕਲਦੀ ਬੋਤੀ ਜੀ ਬੁਹਾਲੇ ਤੱਕ ਨਹੀਂ ਆਇਆ ਇਹ ਵੀ ਕਿੰਨੀਆਂ ਮਿਸ ਕਾਲਾਂ ਆਈਆਂ ਪਈਆਂ ਹੈਲੋ ਹਾਂ ਕਿਵੇਂ ਆ ਵਧੀਆ ਤੂੰ ਦੱਸ ਮੈਂ ਤਾਂ ਤੈਨੂੰ ਇੱਕ ਗੱਲ ਦੱਸਣੀ ਸੀ ਜ਼ਰੂਰੀ ਮੈਂ ਤਾਂ ਇਹ ਕਹਿੰਦੀ ਹਾਂ ਤੈਨੂੰ ਲੱਗਦਾ ਅਮਲੀ ਤਾਂ ਸ਼ੱਕ ਹੋ ਗਿਆ ਵੀ ਹੋਰ ਉਹ ਤਾਂ ਰੋਜ਼ ਕਰੀ ਜਾਂਦਾ ਰਹਿੰਦਾ ਗਾ ਬਿੱਲਾ ਕੁੱਟਣਾ ਬਿੱਲਾ ਕੁੱਟਣਾ ਮੈਂ ਤਾਂ ਤੈਨੂੰ ਐਂ ਕਹਿੰਦੀ ਹੈਗੀ ਹਾਲੇ ਤੂੰ 5-7 ਦਿਨ ਠਹਿਰ ਜਾ ਲੈ ਆਏ ਹਿੰਟ ਕਾਹਤੋਂ ਕਰਦਾ ਹੁਣ ਤੈਨੂੰ ਪਤਾ ਨਹੀਂ ਮੇਰੇ ਘਰ ਦੀ ਮਜਬੂਰੀ ਆ ਲੈ ਉਹ ਤਾਂ ਰੋਜ਼ ਕਹਿ ਦਿੰਦਾ ਕਹਿੰਦਾ ਬਿੱਲਾ ਕੁੱਟੂ ਮੈਂ ਬਿੱਲਾ ਕੁੱਟੂ ਹੁਣ ਸ਼ੱਕ ਹੋਇਆ ਪਿਆ ਗਾ ਹੁਣ ਪੂਰਾ ਮੈਨੂੰ ਤਾਂ ਐਂ ਲੱਗਦਾ ਗਾ ਚੱਲ ਤੂੰ ਐਂ ਕਰ ਮੈਂ ਤੈਨੂੰ ਫੋਨ ਲਾ ਦੂੰਗੀ ਕੋਈ ਨਹੀਂ ਹਾਲੇ ਤੂੰ 5-7 ਦਿਨ ਉਹਨੂੰ ਹਾਲੇ ਉਹਨੂੰ ਮਿੱਠਾ ਪਿਆਰਾ ਕਰ ਲਾ ਚੱਲ ਚੰਗਾ ਮੈਂ ਫੇਰ ਲਾਉਣੀ ਆ ਚੋਰਾ ਵੀ ਨੀ ਬਾਲਾ ਲੋਕ ਪੀਤਾ ਮੇਰਾ
ਇਹਨੇ ਕੱਟ ਖਾ ਤੂੰ ਦਿੱਤਾ ਮੂੰਹ ਨਾ ਹਾਂ ਵੀ ਮੇਰਾ ਫੋਨ ਕੱਟਤਾ ਸੀ ਕੰਮ ਕੱਢ ਲੈਂਦੀ ਹਾਂ ਆਪਦਾ ਮੁੜ ਕੇ ਕੋਈ ਨਹੀਂ ਸਿਆਣ ਦਾ ਮੈਨੂੰ ਪਤਾ ਆ ਐਂ ਕਹਿੰਦੀ ਸੀ ਮੈਂ ਤੈਨੂੰ ਕਿ ਫੋਨ ਨਾ ਲਾਇਆ ਕਰ ਤੂੰ ਇੰਨਾ ਹੁਣ ਮੈਨੂੰ 15-16 ਦਿਨਾਂ ਨੂੰ ਅੱਜ ਮੈਂ ਤਾਂ ਕਿਤੇ ਗਈ ਹੋਈ ਹੈਗੀ ਹਾਂ ਚੰਗਾ ਤੂੰ ਬਾਹਲਾ ਫੋਨ ਲਾਉਣਾ ਗਾ ਚੱਲ ਚੰਗਾ ਹੁਣ ਫਿਰ ਸੌ ਜਾ ਤੂੰ ਵੀ ਹੁਣ ਚੰਗਾ ਇਹ ਅੱਡ ਬਾਹਲੇ ਲੋਕ ਪੀਂਦੇ ਨੇ ਬੁਹਾਲੇ ਤੱਕ ਨਹੀਂ ਆਏ ਨੇ ਵੀ ਲੈ ਜਿਸ ਦਿਨ ਪੁੱਤਾਂ ਦਾ ਮੈਂ ਕੋਈ ਸੱਦਣਾ ਹੁੰਦਾ ਉਹ ਦੇਹ ਸੁਨੇਹਾ ਮਰ ਜਾਂਦਾ ਅੱਜ ਇਹ ਲੇਟ ਹੋਇਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਸੱਦ ਲੈਂਦੀ ਬਿੱਲੇ ਦੀ ਗਾਂਢ ਕੁੱਟਣੀ ਅੱਜ ਗਾਂਢ ਕੀ ਹੋ ਗਿਆ ਜੀ ਚੁੱਪ ਕਰਕੇ ਪਿਆ ਮੈਂ ਬਿੱਲਾ ਲੱਭਦਾ ਲੈ ਹੁਣ ਬਿੱਲਾ ਇੱਥੇ ਹੁਣ ਇੱਥੇ ਕਿੱਥੇ ਬਿੱਲਾ ਆਇਆ ਨੀ ਅੱਜ ਲੈ ਬਿੱਲੀ ਨੀ ਕੀ ਕਰਨ ਆਉਣ ਹੁਣ ਠੰਡ ਹੋਈ ਪਈ ਆ ਮੈਨੂੰ ਪਤਾ ਬਿੱਲਾ ਰੋਜ਼ ਆਉਂਦਾ ਨਹੀਂ ਠੰਡ ਹੁਣ ਨੀ ਆਉਂਦਾ ਹੈਗਾ ਬਿੱਲਾ ਐਵੇਂ ਥੋੜੀ ਰੀਡ ਚੜੀ ਪਈ ਆ ਜਾਓ ਪੈ ਜਾਓ ਹੁਣ ਖੜੇ ਜਾ ਮੈਨੂੰ ਦੇਖ ਲੈਣ ਦੇ ਮੇਰੇ ਸਿਰ ਦੀ ਪਿੱਠੀ ਪਿੱਠ ਕੁੱਟੂ ਤੁਹਾਨੂੰ ਕੀ ਹੋ ਜਾਂਦਾ ਦਿਨੋ ਦਿਨ ਐ ਤਾਂ ਨੀ ਬੜਾ ਬੈਠਾ ਲੈ ਮੇਰੇ ਨਾਲ ਮਜ਼ਾਕ ਕਰਦੇ ਤੁਸੀਂ ਪਿਆ ਚੁੱਪ ਕਰਕੇ ਆ ਜਾਣ ਤੁਸੀਂ ਪੈ ਜਾਓ ਹੁਣ ਨਾਲ ਅੱਜੇ ਬੜੀ ਮਿੱਠੀ ਹੋਈ ਫਿਰਦੀ ਐ ਹੈ ਮੈਨੂੰ ਪਾਲਾ ਲੱਗੀ ਜਾਂਦਾ ਗਾ ਆਹੋ ਅੱਜ ਤਾਂ ਇਹਨੂੰ ਲੱਗਦਾ ਹੀ ਪਾਲਾ ਲੱਗਦਾ ਅੱਗੇ ਤਾਂ ਮੈਂ ਰੋਜ਼ ਕਹਿੰਦਾ ਪੈ ਜਾ ਨਾਲ ਪੈ ਜਾ ਕੀ ਹੋ ਗਿਆ ਤੁਹਾਨੂੰ ਹੁਣ ਮੈਨੂੰ ਤਾਂ ਕੀ ਹੋਣਾ ਚੰਗਾ ਪੈ ਜਾ ਹੁਣ ਤੂੰ ਐਂ ਘਾਬਰਿਆ ਆ ਗਾ ਬਾਹਰੋਂ ਕੀ ਹੋ ਗਿਆ ਤੈਨੂੰ ਮੈਂ ਤਾਂ ਕੋਈ ਨੀ ਘਾਬਰਾ ਤੂੰ ਘਾਬਰੀ ਹੀ ਲੱਗਦੀ ਐ ਹੈ ਮੈਂ ਤਾਂ ਤੈਨੂੰ ਕੁਛ ਵੀ ਨੀ ਕਿਹਾ ਆਏ ਨਾ ਕਰਿਆ ਕਰ ਖੜ ਲੈ ਮੈਂ ਤੇਰਾ ਇੰਨਾ ਕਰਦੀ ਹਾਂ ਚੱਲ ਚੰਗਾ ਪੈ ਜਾ ਫਿਰ ਤੂੰ ਥੋੜਾ ਜਿਹਾ ਜਦੋਂ ਬੋਲਦਾ ਨਾ ਉਦੋਂ ਫਿਰ ਮੈਨੂੰ ਹਰਖ ਚੜ ਜਾਂਦਾ ਤੁਹਾਡੇ 'ਤੇ ਹਰਖ ਤਾਂ ਤੇਰਾ ਮਿੰਟ 'ਚ ਲਾ ਦੂੰ ਮੈਂ ਜੇ ਮੈਂ ਨਾ ਤੈਨੂੰ ਛੱਡਣਾ ਹੁੰਦਾ ਉਦੀ ਛੱਡ ਦਿੰਦੀ ਤੁਹਾਡੇ ਨਾਲ ਮੇਰਾ ਮੋਹ ਪ੍ਰੇਮ ਆ ਨਾ ਤੁਹਾਨੂੰ ਪਿਆਰ ਕਰਦੀ ਹਾਂ ਮੈਂ ਸਮਝਦੇ ਕਾਹਤੋਂ ਨਹੀਂ ਤੁਸੀਂ ਆਹੋ ਜਾਣਦਾ ਮੈਂ ਕਿਹੜਾ ਪਿਆਰ ਕਰਦੀ ਹਾਂ ਆਜੋ ਪੈ ਜਾਓ ਪੈ ਜਾ ਨਾ ਰਜਾਈ ਨਹੀਂ ਕੱਢੀ ਅੱਜ ਲੈ ਜਦੋਂ ਮੈਂ ਤੁਹਾਡੇ ਨਾਲ ਪੈ ਗਈ ਮੈਨੂੰ ਭੋਰਾ ਪਾਲਾ ਨਹੀਂ ਲੱਗਣਾ ਭੈਣ ਚੋਦੀ ਪਾਲਾ ਪਿੱਠ ਕੁੱਟ ਦੂਆ ਹਾਲੇ ਇੰਨੀ ਠੰਡ ਨਹੀਂ ਨਾ ਹੋਈ ਹਾਲੇ ਤਾਂ ਸ਼ੁਰੂ ਹੋਈ ਹੈ ਠੰਡ ਚੰਗਾ ਪੈ ਜਾ ਕੋਈ ਬਾਤ ਪਾਵਾਂ ਮੈਂ ਤੁਹਾਨੂੰ ਬੁੱਝੋਗੇ ਉਹ ਮੈਥੋਂ ਨਹੀਂ ਬੁੱਝੀ ਬਾਜੀ ਆਉਂਦੀ ਬਾਤ ਲੈ ਪਾਜਾ ਬਾਤ ਬੁੱਝੋ ਮੇਰੀ ਪਾ ਫਿਰ ਦੋਸ਼ ਪਾਹੀ ਲੜਦੇ ਜਾਣ ਨਿੰਮ ਦੇ ਪੱਤੇ ਝੜਦੇ ਜਾਣ ਸਿੱਧਾ ਕਹਿੰਦੇ ਬੈਡ ਲਾਉਣਾ ਹਾਏ ਚੱਲ ਕੋਈ ਨਹੀਂ ਉਹ ਵੀ ਲਾ ਲਿਓ ਪਾਲਾ ਚੜਿਆ ਪਿਆ ਸੀਗਾ ਨਿੱਘਾ ਹੀ ਕਰਤੀ ਨਾਲ ਦੀ ਨਾਲ ਤੁਸੀਂ ਪਾਲਾ ਤਾਂ ਤੇਰਾ ਮੈਂ ਮਿੰਟ ਚ ਲਾ ਦੂ ਅੱਜ ਪਤਾ ਨੀ ਮੇਰੇ ਸਿਰ ਦੀ ਇੰਨੀ ਮਿੱਠੀ ਹੋਈ ਫਿਰਦੀ ਹੈ ਲੈ ਤੂੰ ਹੁਣ ਮਿੱਠੀ ਤਾਂ ਹੈਗੀ ਹਾਂ ਮਿੱਠੀ ਕੀ ਗੱਲ ਹੈ ਤੁਹਾਨੂੰ ਇੰਨਾ ਪਿਆਰ ਕਰਦੀ ਹਾਂ ਤੁਸੀਂ ਜੋ ਮੈਨੂੰ ਭੱਜ ਕੇ ਪਏ ਨਾ ਮੈਨੂੰ ਗੁੱਸਾ ਚੜ ਜਾਂਦਾ ਗਾ ਐਵੇਂ ਨਾ ਮੈਨੂੰ ਹੁਣ ਐਵੇਂ ਕਹੀ ਜਾਓ ਤੁਸੀਂ ਅੱਜ ਮੇਰੇ ਸਿਰ ਦੀ ਨਾ ਉਹਦੀ ਪਾਲਿਆ ਨਾਲ ਗੱਲ ਕੀ ਹੈ ਗੱਲ ਕੀ ਹੋਣੀ ਆ ਦੇਖੀ ਹੁਣ ਮੈਨੂੰ ਅੰਤਰੇ ਲਈ ਜਾਓਗੇ ਮੇਰੇ ਅੱਗੇ ਤਾਂ ਮੇਰੇ ਸਿਰ ਦੀ ਲਵੇ ਨਹੀਂ ਲਾਉਂਦੀ ਸੀ ਮੈਨੂੰ ਲੈ ਅੱਜ ਤਾਂ ਫੜ ਫੜ ਜੱਫੀਆਂ ਪਾਉਂਦੀ ਆ ਲੈ ਦੇਖੀ ਅੱਜ ਮੈਨੂੰ ਮੇਰੇ ਨਾ ਆਪਣਾ ਪਿਆਰਾਣਾ ਵਿਆਹ ਜ਼ਿਆਦਾ ਆ ਗਿਆ ਸੀਗਾ ਪਿਆਰ ਅੱਛਾ ਹਾਂ ਬਹੁਤ ਦਿਨ ਹੋ ਗਏ ਥੌਲਾ ਹੋਇਆ ਨਹੀਂ ਤੇਰਾ ਸਮਾਰ ਕੇ ਲੈ ਕੋਈ ਨਾ ਅੱਜ ਕਰਦਾ ਥੌਲਾ ਤੇਰਾ ਸੌਂ ਜਾ ਸੌਣਾ ਕਿਉਂ ਗਾ ਕਰਦੇ ਆ ਕੁਛ ਕੀ ਕਰਨਾ ਫੜਨ ਪੜੀ ਕੀ ਖੇਡਦੇ ਆ ਨਹੀਂ ਆਪਾਂ ਲੁਕਣ ਮਚੀਚੀ ਖੇਡਦੇ ਆ ਖੇਡੀ ਨਾ ਮੈਂ ਤਾਂ ਕਬੱਡੀ ਖੇਡੂ ਨਹੀਂ ਕਬੱਡੀ ਨਹੀਂ ਖੇਡਦੇ ਹੁੰਦੇ ਨਾ ਮੈਂ ਤਾਂ ਜਾਫੀ ਆ ਅੱਛਾ ਫਿਰ ਮੈਨੂੰ ਦਿਖਾਓ ਅੱਜ ਹੈ ਦਿਖਾਓ ਕੁਛ ਦਿਖਾਵਾ
वाला चस्की है लोकां दी गल की करिए नी साडा बुड़ा भी ठरकी है लोकां दी गल की करिए नी साडा बुड़ा भी ठरकी है।